ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਕਿੱਦਾਂ ਸਾਰੇ ਵੀਰ? ਸਾਰੇ ਠੀਕ ਠਾਕ ਹੋ? ਉਮੀਦ ਕਰਨਾ ਸਾਰੇ ਵੀਰ ਠੀਕ ਠਾਕ ਹੁੰਦੇ ਅਤੇ ਫਿੱਟ ਫਾਟ ਹੁੰਦੇ। ਅਤੇ ਜਿਹੜੇ ਵੀਰ ਚੈਨਲ 'ਤੇ ਨਏ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ। ਅੱਜ ਦੀ ਕਰਨੇ ਆ ਵੀਡੀਓ ਜੀ ਸ਼ੁਰੂ। ਹਾਂਜੀ ਜੀ, ਸੁਬਹਾ ਦਾ ਟਾਈਮ ਹੈ ਅਤੇ ਟਾਈਮ ਹੋ ਗਿਆ ਜੀ 9 ਦਾ, ਅਤੇ ਆਪਾਂ ਜਾ ਰਹੇ ਹਾਂ ਕੰਮ 'ਤੇ। ਠੀਕ ਹੈ, ਅਤੇ ਕੰਮ ਕੀ ਹੈ? ਪਹਿਲਾਂ ਕੰਮ 'ਤੇ ਜਾਂਦੇ ਹਾਂ ਇਕਿਆ ਦੇ। ਠੀਕ ਹੈ, ਇਕਿਆ ਕੰਪਨੀ, ਅਤੇ ਅੱਜ ਇਹ ਕੰਪਨੀ ਦੂਸਰੀ ਹੈ ਅਬੀਅਤ। ਅੱਜ ਅਬੀਅਤ ਕੰਪਨੀ 'ਚ ਜਾਣਾ ਤਾਂ ਵੇਖੋ ਫਰਨੀਚਰ ਦਾ ਕੰਮ ਹੈ, ਲੇਕਿਨ ਉਹਨਾਂ ਗਿਆ ਜੀ ਹੋਮ ਡਿਲੀਵਰੀ ਹੈ ਅਤੇ ਸਮਾਨ ਨਿੱਕਾ ਨਿੱਕਾ, ਅਤੇ ਉਹ ਤੁਹਾਨੂੰ ਦੇਣਾ। ਅਤੇ ਵੇਖੋ ਚੱਲਦੇ ਹਾਂ, ਜਾ ਕੇ ਵੇਖਦੇ ਕੀ ਸਮਾਨ ਹੈ, ਅਤੇ ਚਲੀਏ ਫਿਰ ਕੰਪਨੀ 'ਚ, ਤਾਂ ਉੱਥੇ ਜਾ ਕੇ ਹੁੰਦੀ ਫਿਰ ਮੁਲਾਕਾਤ। ਚਲੋ ਚਲੀਏ ਕੰਪਨੀ 'ਚ। ਹਾਂਜੀ ਦੋਸਤੋ, ਆਪਾਂ ਨਿਕਲ ਆਏ ਜੇ, ਜਾ ਰਹੇ ਹਾਂ ਕੰਪਨੀ 'ਚ। ਅਤੇ ਰਿਹਾਇਸ਼ ਜਿਹੜੀ ਆਪਣੀ ਉਹ ਰਿਹਾਇਸ਼ ਹੀ ਹੈ। ਠੀਕ ਹੈ, ਮਨਫੂਹੇ ਦੇ ਵਿੱਚ, ਇਹ ਮਨਫੂਹਾ ਇਲਾਕੇ ਦਾ ਨਾਂ ਨਾ, ਸਿਆਲਕੋਟੀਆਂ ਦਾ ਮਤਾਮ ਆ ਗਿਆ ਹੋਟਲ ਸਿਆਲਕੋਟੀਆਂ ਦਾ। ਇੱਥੇ ਆਹ ਹੋਟਲ ਆ ਗਿਆ ਸਿਆਲਕੋਟੀਆਂ ਦਾ, ਅਤੇ ਆਪਾਂ ਜਾਵਾਂਗੇ ਹੁਣ ਕੰਪਨੀ 'ਚ। ਠੀਕ ਹੈ, ਅਤੇ ਚਲੋ ਚੱਲਦੇ ਹਾਂ, ਜਾ ਕੇ ਗੱਡੀ ਲੋਡ ਕਰੀਏ, ਅਤੇ ਗੱਡੀ ਲੋਡ ਕਰਕੇ ਅਤੇ ਫਿਰ ਹੁੰਦੀ ਮੁਲਾਕਾਤ। ਹਾਂਜੀ ਦੋਸਤੋ, ਹਾਂਜੀ ਜੀ, ਆਪਾਂ ਪਹੁੰਚ ਗਏ ਜੇ ਕੰਪਨੀ 'ਚ। ਠੀਕ ਹੈ, ਅਬੀਅਤ ਕੰਪਨੀ, ਅਬੀਅਤ ਦੇਖ ਰਹੇ ਹਾਂ। ਸਾਰੀਆਂ ਗੱਡੀਆਂ ਪੀਲੇ ਰੰਗ ਦੀਆਂ ਇਹਨਾਂ ਦੀਆਂ। ਠੀਕ ਹੈ, ਅਤੇ ਹੁਣ ਅੰਦਰ ਜਾ ਕੇ ਤਾਂ ਗੱਡੀ ਲੋਡ ਕਰੀਏ। ਅਤੇ ਹਾਂਜੀ ਦੋਸਤੋ, ਗੱਡੀ ਆਪਾਂ ਕਰ ਲਈਏ ਲੋਡ। ਠੀਕ ਹੈ, ਅਤੇ ਅਜੇ ਅੰਦਰ ਹੀ ਹਾਂ ਕੰਪਨੀ 'ਚ ਹੀ ਹਾਂ। ਠੀਕ ਹੈ, ਅਤੇ ਚਲੀਏ ਜਾ ਕੇ ਨਾਸ਼ਤਾ ਕਰੀਏ, ਅਤੇ ਨਾਸ਼ਤਾ ਕਰਕੇ ਅਤੇ ਡੀਜ਼ਲ ਪਵਾਈਏ, ਅਤੇ ਨਾਸ਼ਤਾ ਕਰੀਏ, ਅਤੇ ਫਿਰ ਨਿਕਲਦੇ ਹਾਂ। ਠੀਕ ਹੈ, ਅਤੇ ਸਮਾਨ ਆਪਾਂ ਲੋਡ ਕੀਤਾ ਖਰਜ ਦਾ। ਠੀਕ ਹੈ, ਆਪਾਂ ਜਾ ਰਹੇ ਹਾਂ ਅੱਜ ਖਰਜ, ਅਤੇ ਚਲੋ ਚੱਲਣੇ ਹਾਂ ਫਿਰ ਖਰਜ। ਠੀਕ ਹੈ, ਸਭ ਤੋਂ ਪਹਿਲਾਂ ਚਲੀਏ ਨਾਸ਼ਤਾ ਕਰੀਏ, ਨਾਸ਼ਤਾ ਕਰਕੇ ਅਤੇ ਫਿਰ ਨਿਕਲਣਾ। ਹਾਂਜੀ ਜੀ, ਡੀਜ਼ਲ ਪਵਾ ਕੇ ਆਪਾਂ ਆਏ ਹਾਂ ਹੋਟਲ 'ਤੇ, ਅਤੇ ਨਮਾਜ਼ ਦਾ ਟਾਈਮ ਹੈ ਅਤੇ ਹੋਟਲ ਆਪਣਾ ਬੰਦ ਹੈ। ਠੀਕ ਹੈ, ਚਲੋ ਚੱਲਣੇ ਹਾਂ, ਕਸਟਮਰ ਨੂੰ ਮਾਰੀਏ ਕਾਲ। ਹਾਂਜੀ ਦੋਸਤੋ, ਹਾਂਜੀ ਜੀ, ਆਪਾਂ ਨਿਕਲ ਆਏ ਹਾਂ ਰਿਆਸਤ ਸਹੀ ਹੈ। ਹਾਂਜੀ ਜੀ, ਖਰਜ ਆ ਰਹੇ ਹਾਂ ਆਪਾਂ, ਖਰਜ ਰਹਿ ਗਿਆ ਥੋੜ੍ਹਾ ਹੀ। ਠੀਕ ਹੈ, ਅਤੇ ਹੋਟਲ ਦੇ ਉੱਤੇ ਆਪਾਂ ਗਏ ਹਾਂ, ਅਤੇ ਲੇਕਿਨ ਹੋਟਲ ਬੰਦ ਸੀ, ਆਪਾਂ ਨਾਸ਼ਤਾ ਨਹੀਂ ਕੀਤਾ। ਫਿਰ ਰਿਹਾਜ਼ ਨਿਕਲ ਗਏ ਨਾ, ਰਸਤੇ 'ਚ ਪੰਪ ਸੀ ਇੱਕ, ਉੱਥੇ ਮੈਕਡੋਨਲ ਸੀ, ਉੱਥੋਂ ਆਪਾਂ ਲੈ ਕੇ ਬਰਗਰ ਸ਼ਰਗਰ ਅਤੇ ਪੇਟ ਪੂਜਾ ਕਰ ਲਈਏ। ਹਾਂਜੀ ਜੀ, ਦੇਖ ਰਹੇ ਦੋਸਤ ਕਿੱਦਾਂ ਜਿਹੜਾ ਨਾ ਰੇਤ ਹੀ ਰੇਤ, ਹਵਾ ਬਹੁਤ ਚੱਲ ਰਹੀ ਹੈ, ਅਤੇ ਉਹਦੇ ਨਾਲ ਜਿਹੜੀ ਹੈ ਨਾ ਰੇਤ ਉੱਡ ਰਹੀ ਹੈ। ਲੋਕੇਸ਼ਨ ਆਪਣੀ ਰਹਿ ਗਈ ਹੈ 37 ਸਤਾਈਆਂ ਮਿੰਟਾਂ ਦੀ, 37 ਮਿੰਟਾਂ ਦੀ ਲੋਕੇਸ਼ਨ ਰਹਿ ਗਈ ਹੈ। ਚੱਲ ਰਹੀ ਹੈ ਯਾਨੀ ਹਨੇਰੀ ਹੈ, ਅਤੇ ਨਾਲ ਜਿਹੜਾ ਨਾ ਘੱਟਾ ਮਿੱਟੀ ਵੀ ਬਹੁਤ ਹੈ, ਧੂੜ ਛੂੜ ਵੀ ਬਹੁਤ ਦੇਖ ਰਹੇ ਹੋ ਤੁਸੀਂ, ਹਵਾ ਬਹੁਤ ਚੱਲ ਰਹੀ ਹੈ। ਅਤੇ ਆਪਣਾ ਕਸਟਮਰ ਫਿਰ ਲੋਕੇਸ਼ਨ ਹੈ ਇੱਥੇ 16 ਮਿੰਟਾਂ, ਅਤੇ ਇਹ ਤਾਂ ਮਾਹੌਲ ਹੈ ਜੀ, ਪਿੰਡਾਂ ਵਾਲੇ ਮਾਹੌਲ ਵੇਖ ਰਹੇ, ਕੋਈ ਯਾਨੀ ਐਡਾ ਨਹੀਂ, ਸਾਰਾ ਪਿੰਡਾਂ ਵਾਲੇ ਮਾਹੌਲ ਹੈ। ਪਿੰਡੀਆਂ ਬਿਲਡਿੰਗਾਂ ਵਗੈਰਾ ਕੋਈ ਨਹੀਂ, ਵੱਡੀਆਂ ਵੱਡੀਆਂ ਇੱਕ ਦੌਰ ਦੋ ਦੌਰ ਦੀਆਂ ਬਿਲਡਿੰਗਾਂ ਬਸ, ਇੱਕ ਫਲੋਰ ਦੋ ਫਲੋਰ ਬਸ, ਜਾਂ ਹੈਗੀ ਸ਼ਾਇਦ ਬਣਾ ਹੜੀ ਨੇ, ਇਹਦੇ ਜਿਵੇਂ ਸ਼ਕਤੀਮਾਨ ਆ ਗਏ। ਉਸ ਤੋਂ ਬਾਅਦ ਸਰਕਾਰ ਇੱਧਰ ਜਿਹੜਾ ਨਾ ਗਰਮੀ ਵੀ ਹੈ ਜਿਹੜੀ, ਪਤਾ ਨਹੀਂ ਹੁਣ ਸ਼ੀਸ਼ੇ ਤਾਂ ਕੀਤੀ ਤਾਂ ਮਾਰੇ ਗਰਮੀ ਲੱਗਦੀ ਹੈ ਜਾਂ ਹੈ ਹੀ ਗਰਮੀ।
ਤੇ ਆਪਾਂ ਏਸੀ ਵੀ ਚਲਾ ਲਿਆ ਤੇ ਇਹ ਗਰਮੀ ਸ਼ਰਮੀ ਹੈ ਇੱਥੇ ਆ ਵੇਖ ਰਹੇ ਹਾਂ ਇਹ ਪਤਾ ਨਹੀਂ ਕਿਹੜੀ ਸ਼ੈਪ ਬਣਾਈ ਇਹਨੇ ਕੋਈ ਸਮਝ ਨਹੀਂ ਆਈ ਜ਼ਿਆਦਾਤਰ ਜਗ੍ਹਾ ਜਿਹੜੀ ਨਾ ਅੱਜ ਖਾਲੀ ਹੋਈ ਜੀ ਵੇਖ ਰਹੇ ਨਹੀਂ ਹੋਈ ਆਬਾਦੀ ਜ਼ਿਆਦਾ ਨਹੀਂ ਗਈ ਵੀ ਇੰਨੀ ਥੋੜ੍ਹੀ ਹੋਈ ਆਬਾਦੀ ਅਲ ਬੈਗ ਵੀ ਹੈ ਅੱਜ ਬਾਬਾ ਜੀ ਲੇਕਿਨ ਇੱਕ ਗੱਲ ਹੈ ਸਫਾਈ ਹੈ ਇੱਧਰ ਠੀਕ ਹੈ ਸਫਾਈ ਠੀਕ ਹੈ ਮੀਆਂ ਮੀਆਂ ਆ ਗਏ ਜੀ ਸ਼ਹਿਰ ਦੇ ਵਿੱਚ ਸ਼ਹਿਰ ਕੋ ਪਤਾ ਪਿੱਛੋਂ ਆਪਾਂ ਰਾਈਡ ਲਾਂਗੇ ਸ਼ਹਿਰ ਹਾਂਜੀ ਮਾਹੌਲ ਤੁਸੀਂ ਵੇਖ ਰਹੇ ਹੋ ਖਰਾਈ ਦਾ ਮਾਹੌਲ ਤਾਂ ਠੀਕ ਹੀ ਨਹੀਂ ਹੈ ਅਤੇ ਕਸਟਮਰ ਦੀ ਲੋਕੇਸ਼ਨ ਰਹਿ ਗਈ ਹੈ ਜੀ 11 ਮਿੰਟਾਂ ਦੀ ਚਲੋ ਚਲੀਏ ਫਿਰ ਕਸਟਮਰ ਕੋਲ ਠੀਕ ਹੈ ਉੱਥੇ ਜਾ ਕੇ ਨਹੀਂ ਫਿਰ ਮੁਲਾਕਾਤ ਠੀਕ ਹੈ ਪਹੁੰਚ ਗਏ ਹਾਂ ਕਸਟਮਰ ਦੇ ਘਰ ਦੇ ਕੋਲ ਅਤੇ ਹੁਣ ਪਤਾ ਕਰਨੇ ਕਿਹੜਾ ਘਰ ਹੈ ਉਹਦਾ ਉਹਦਾ ਸਮਾਨ ਲਓ ਜੀ ਪਹਿਲਾਂ ਮਾਰ ਲਓ ਜੀ ਫੋਨ ਅਤੇ ਜਾ ਕੇ ਸਮਾਨ ਕੱਢੀਏ ਕਿਹੜਾ ਹਾਂਜੀ ਦੋਸਤ ਦਾ ਸਮਾਨ 4 ਕਾਰਟੂਨ ਆਉਂਦਾ ਕਸਟਮਰ ਦਾ ਫਿਰ ਲਾਉਂਦੇ ਹਾਂ ਆਪਾਂ ਲਾ ਕੇ ਸਮਾਨ ਇੱਕ ਕਸਟਮਰ ਦਾ ਅਤੇ ਦੂਸਰਾ ਕਸਟਮਰ ਵੱਲ ਜਾ ਰਹੇ ਹਾਂ ਸਹੀ ਹੈ ਆਪਾਂ ਕਰ ਲਈਏ ਖਤਮ ਕੰਮ ਅਤੇ ਫਿਰ ਇਨਸ਼ਾਅੱਲਾ ਮਿਲਦੇ ਹਾਂ ਠੀਕ ਹੈ ਕਿਉਂਕਿ ਟਾਈਮ ਵਾਹਵਾ ਹੋ ਗਿਆ ਅਤੇ 1:50 ਹੋ ਗਏ ਆ ਅਤੇ ਆਪਾਂ ਆਪਣੇ ਕੋਲ 11 ਕਸਟਮਰ ਨੇ ਅਤੇ 11 ਕਸਟਮਰ ਲਾਉਣੇ ਆ ਅਤੇ ਲਾ ਕੇ ਅਤੇ ਫਿਰ ਮਿਲਣੇ ਠੀਕ ਹੈ ਹਾਂਜੀ ਦੋਸਤੋ ਟਾਈਮ ਹੋ ਗਿਆ ਜੇ 4:30 ਦਾ ਆਪਣੇ ਕੋਲ ਹਜੇ ਕਸਟਮਰ ਆਇਆ ਨੇ ਜਾਂ ਥੋੜ੍ਹਾ ਬਾਹਰ ਵਾਲੀ ਸਾਈਡ 'ਤੇ ਆਇਆ ਹਜੇ ਤਾਂ ਵੇਖ ਲਓ ਮਾਹੌਲ ਬਾਹਰ ਦਾ ਇੱਧਰ ਬਾਹਰ ਇੱਧਰ ਜਿਹੜਾ ਨਾ ਪਿੰਡਾਂ ਲਈ ਮਾਹੌਲ ਜਿਹੜਾ ਸਾਰੇ ਠੀਕ ਠਾਕ ਉੱਧਰ ਚੋਣ ਡੇ ਖਜੂਰਾਂ ਦਾ ਬਾਹਰ ਪਾਲੀ ਜਿਹੀ ਇੱਥੇ ਪਤਾ ਨਹੀਂ ਕੀ ਬੀਜਿਆ ਜੀ ਖਰਾਈ ਦੇ ਵਿੱਚ ਪਾਲੀ ਪੂਰਾ ਪਿੰਡ ਵਾਲਾ ਮਾਹੌਲ ਹੈ ਇੱਧਰ ਹਾਂਜੀ ਦੋਸਤ ਟਾਈਮ ਹੋ ਗਿਆ ਜੇ 6 ਦਾ ਸਹੀ ਹੈ ਅਤੇ ਆਪਣਾ ਕੰਮ ਹੋ ਗਿਆ ਇੱਕ ਕਸਟਮਰ ਰਹਿ ਗਿਆ ਬਸ ਕੱਲ੍ਹ ਜਾਣ ਡਏ ਹਾਂ ਇਹਦਾ ਲਾ ਕੇ ਫਿਰ ਇਹਦੇ ਤੋਂ ਬਾਅਦ ਇੱਕ ਹੋਰ ਕਸਟਮਰ ਉਹ ਲਾ ਕੇ ਅਤੇ ਫਿਰ ਚੱਲਦੇ ਹਾਂ ਆਪਾਂ ਘਰ ਨੂੰ ਰਿਆਸ ਉਸ ਟਾਈਮ ਆਪਾਂ ਖਾਰਾ ਜੀ ਹਾਂ ਅਤੇ ਆਏ ਕਿੰਨੇ ਵਜੇ ਹਾਂ ਆਪਾਂ ਆਏ ਹਾਂ ਤਕਰੀਬਨ 1:40 ਅਤੇ 40 ਮਿੰਟ ਹੋਏ ਹਨ ਯਾਨੀ 20 ਮਿੰਟ ਘੱਟ ਦੋ ਦਾ ਟਾਈਮ ਹੈ ਜਦੋਂ ਪਹਿਲਾਂ ਕਸਟਮਰ ਲਾਇਆ ਸੀ ਆਪਾਂ ਸਹੀ ਹੈ 11 ਕਸਟਮਰ ਹਨ ਆਪਣੇ ਕੋਲ ਠੀਕ ਹੈ ਅਤੇ ਹੁਣ ਆਏ ਕੱਲ੍ਹ ਜਾ ਰਹੇ ਹਾਂ ਇੱਕ ਮਗਰ ਰਹਿੰਦਾ ਫਿਰ ਛੋਟੇ ਛੋਟੇ ਕਾਰਟੂਨ ਬੈੱਲ ਮਾਰੀ ਦੀ ਹੈ ਬਾਹਰ ਕੋਈ ਜੀ ਆਈ ਜਾਂਦਾ ਬੱਚਾ ਆਈ ਜਾਂਦਾ ਕੋਈ ਵੀ ਆਈ ਜਾਂਦਾ ਉਹਨੂੰ ਕਾਰਟੂਨ ਬੜਾ ਆ ਕੇ ਅਤੇ ਚੱਲ ਇਹ ਕੰਮ ਹੈ ਨਿੱਕਾ ਨਿੱਕਾ ਓਕੇ ਇਹ ਰਹਿ ਗਈ ਥੋੜ੍ਹੀ ਲੋਕੇਸ਼ਨ 6 ਮਿੰਟਾਂ ਦੀ ਅਤੇ ਇਹ ਮੋਬਾਇਲ ਵੀ ਕੰਪਨੀਆਂ ਵਾਲੀ ਸਰਕਾਰ ਦੀ ਚਾਹ ਸਾਨੂੰ ਇਹਦੇ 'ਤੇ ਲੋਕੇਸ਼ਨ ਚਲਾਉਣ ਡੇ ਅੱਜ ਤਾਂ ਹੀ ਵੀਡੀਓ ਬਣਦੀ ਹੈ ਭਾਈ ਨਹੀਂ ਤਾਂ ਮੈਨੂੰ ਇਹਦੇ ਵਿੱਚ ਵੀਡੀਓ ਬਣਾਉਣੀ ਪੈਣੀ ਉਹ ਲੋਕੇਸ਼ਨ ਚਲਾਉਣੀ ਪੈਣੀ ਇਹਦੇ 'ਚ
ਚਲੋ ਚੱਲਨੇ ਤਾਂ ਲਾ ਕੇ ਸਮਾਨ ਤੇ ਫਿਰ ਮਿਲ। ਹਾਂਜੀ ਦੋਸਤੋ, ਕੰਮ ਆਪਾਂ ਮੁਕਾ ਲਿਆ, ਠੀਕ ਹੈ। ਟਾਈਮ ਹੋ ਗਿਆ 7:10 ਜੀ, 7 ਦਾ ਟਾਈਮ ਹੋ ਗਿਆ ਅਤੇ ਕੰਮ ਆਪਣਾ ਮੁੱਕ ਗਿਆ ਅਤੇ ਆਪਾਂ ਜਾਣ ਡੇ ਹਾਂ ਹੁਣ ਰਿਆਤ ਸ਼ਹਿਰ ਨੂੰ। ਸਹੀ ਹੈ, ਅਤੇ ਟਾਈਮ ਲੱਗ ਜਾਣਾ ਆਪਾਂ ਆਈਏ ਕੋਈ ਘੰਟਾ ਕੁ, ਯਾਨੀ 8:30 ਵਜੇ ਤੱਕ ਆਪਾਂ ਪਹੁੰਚ ਜਾਵਾਂਗੇ ਰਿਆਤ। ਉੱਥੇ ਕੰਮ ਗਿਆ ਮੁੱਕ ਸੜਕਾਂ ਅਤੇ ਸਪੀਡ ਜੀ ਇਸ ਰੋਡ 'ਤੇ ਸਪੀਡ ਜਿਹੜੀ ਉਹ 120 ਦੀ ਸਪੀਡ ਹੈ। ਆਪਾਂ ਮੱਠੇ ਮੱਠੇ ਜਾ ਰਹੇ ਹਾਂ, ਸਹੀ ਸਪੀਡ ਨਹੀਂ ਮਾਰ ਰਹੇ ਕੋਈ, ਅਤੇ ਪਹੁੰਚਣੇ ਰਿਆਤ। ਚਲੀਏ ਰਿਆਤ, ਅਗਰ ਰਿਆਤ ਜਾ ਕੇ ਗੱਲਬਾਤ ਪਹੁੰਚ ਗਏ। ਇਸ ਟਾਈਮ ਆਪਾਂ ਜਿਹੜੇ ਫੁੱਲ ਥੱਕ ਗਏ ਹਾਂ। ਹਾਂਜੀ ਦੋਸਤੋ, ਆਪਾਂ ਹੋ ਗਏ ਇੰਟਰ ਰਿਆਸ, ਠੀਕ ਹੈ। ਅਤੇ ਟਾਈਮ ਹੋ ਗਿਆ ਜੀ 8 ਦਾ, 8 ਦਾ ਟਾਈਮ ਹੋ ਗਿਆ, ਠੀਕ ਹੈ। ਅਤੇ ਹੁਣ ਚੱਲੀਏ ਹੋਟਲ 'ਤੇ ਅਤੇ ਜਾ ਕੇ ਰੋਟੀ ਖਾਈਏ, ਅਤੇ ਰੋਟੀ ਖਾ ਕੇ ਅਤੇ ਫਿਰ ਚੱਲੀਏ ਕਾਰ, ਅਤੇ ਸੁਬਹਾ ਫਿਰ ਇਨਸ਼ਾਅੱਲਾ ਦੂਸਰੀ ਵੀਡੀਓ 'ਚ ਮਿਲਾਂਗੇ। ਹੁਣ ਦਿਓ ਇਜਾਜ਼ਤ, ਓਕੇ, ਅਤੇ ਰੱਬ ਰੱਖ, ਅਤੇ ਓਕੇ ਅੱਲਾ ਹਾਫਿਜ਼।